ਸੰਸਥਾ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਸੰਸਥਾ ਜਰਨੈਲ ਹਰੀ ਸਿੰਘ ਨਲੂਆ ਵੈਲਫੇਅਰ ਸੋਸਾਇਟੀ ਵੱਲੋਂ ਸਾਂਝੇ ਤੌਰ ਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਨੇ ਹਿੱਸਾ ਲੈਂਦਿਆਂ ਆਪੋ ਆਪਣਾ ਚੈੱਕਅਪ ਕਰਵਾਇਆ। ਇਸ ਦੌਰਾਨ ਸੰਸਥਾ ਦੇ ਸਰਪ੍ਰਸਤ ਇੰਸਪੈਕਟਰ ਪ੍ਰੇਮ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜੀ। ਅੱਜ ਜਰਨੈਲ ਹਰੀ ਸਿੰਘ ਨਲੂਆ ਕਲਚਰ ਐਂਡ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਮੈਡੀਕਲ ਸਰਦਾਰ ਬੇਵਾ ਸਿੰਘ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ, ਜਿਹਦੇ ਤੱਕ ਹੁਣ ਤੱਕ 150 ਬੰਦੇ ਨੇ ਕਰੀਬ ਚੈੱਕ ਕੀਤਾ ਗਿਆ। ਅਸੀਂ ਐਮ ਪੀ ਸੋਸਾਇਟੀ ਵੱਲੋਂ ਹਰ ਮਹੀਨੇ ਇਸ ਤਰ੍ਹਾਂ ਮੈਡੀਕਲ ਕੈਂਪ ਲਾਉਂਦੇ ਰਹਦੇ ਹਾਂ, ਅੱਗੇ ਤੋਂ ਕੈਂਪ ਲਾਉਂਦੇ ਰਹਾਂਗੇ ਤਾਂ ਜੋ ਗਰੀਬ ਲੋਕਾਂ ਨੂੰ ਮੈਡੀਕਲ ਦੀ ਸਹੂਲਤ ਮਿਲ ਸਕੇ। ਸਰ, ਕਿੰਨੇ ਕੁ ਲੋਕਾਂ ਨੇ ਹਿੱਸਾ ਲਿਆ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਮੈਡੀਕਲ ਕੈਂਪ ਔਰਗਨਾਈਜ਼ ਕੀਤਾ ਗਿਆ, ਕਿਉਂਕਿ ਖਾਸ ਤੌਰ 'ਤੇ ਦੇਖਿਆ ਜਾਂਦਾ ਕਿ ਬਜ਼ੁਰਗ ਤੋਂ ਲੱਗ ਨਹੀਂ ਮਿਲਦੇ ਆ। ਬਜ਼ੁਰਗ ਜਿਹੜੇ ਜਿਹਨਾਂ ਨੂੰ ਨੋਰਮਲ ਛੋਟੀ ਬਿਮਾਰੀ ਹੈ ਉਹਨੂੰ ਚੈੱਕ ਕਰਾਇਆ ਜਾਂਦਾ, ਜਿਵੇਂ ਬੱਚੀਆਂ ਛੋਟੀਆਂ ਅੱਜ ਕੱਲ੍ਹ ਬਿਮਾਰੀਆਂ ਚੱਲ ਰਹੀਆਂ ਉਹਨਾਂ ਨੂੰ ਚੈੱਕ ਕਰਾਇਆ ਜਾਂਦਾ, ਇਸ ਕਰਕੇ ਕਾਫੀ ਘੱਟ ਹੋ ਜਾਂਦਾ। ਘੱਟ ਦੇ ਮੁਤਾਬਕ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਜਿਹੜੇ ਲੋਕ ਚੈੱਕ ਕਰਾਉਣ ਵਾਲੇ ਆ। ਅਸੀਂ ਉਸ ਤੋਂ ਬਾਅਦ ਜਿਵੇਂ ਅੱਜ ਉਰੇ 150 ਦਾ ਚੈੱਕ ਹੋ ਗਿਆ, ਜੇ ਲੋਕ ਖੜ੍ਹੇ ਨੇ ਅਸੀਂ ਫਿਰ ਉਹਨੂੰ ਗੈਦਰਿੰਗ ਨੂੰ ਦੇਖ ਕੇ ਅਗਲੀ ਵਾਰ ਜਿਹੜਾ ਕੈਂਪ ਲਾਉਂਦੇ ਹਾਂ ਅਸੀਂ ਹੋਰ 6 ਡਾਕਟਰ ਬਣਾ ਕੇ ਅਤੇ ਹੋਰ ਲੋਕਾਂ ਦੇ ਵਿੱਚ ਸੁਨੇਹੇ ਭੇਜ ਕੇ ਉਹਨੂੰ ਚੈੱਕਅਪ ਕਰਾਉਂਦੇ ਹਾਂ ਤਾਂ ਜੋ ਸਾਡਾ ਸੋਸਾਇਟੀ ਦਾ ਜੋ ਸਹੀ ਤਰੀਕੇ ਨਾਲ ਕੰਮ ਇੱਦਾਂ ਚੱਲਦਾ ਰਹੇ ਅਤੇ ਅਸੀਂ ਗਰੀਬ ਲੋਕਾਂ ਦੀ ਮਦਦ ਕਰਦੇ ਰਹੀਏ। ਸਾਡੀ ਜਰਨੈਲ ਹਰੀ ਸਿੰਘ ਨਲੂਆ ਕਲਚਰ ਐਂਡ ਵੈਲਫੇਅਰ ਸੋਸਾਇਟੀ ਲਿਮਟਿਡ ਵੱਲੋਂ ਅੱਜ ਸਾਡੇ ਸਤਿਕਾਰ ਜੋ ਸਵਰਗੀ ਸਰਦਾਰ ਮੇਵਾ ਸਿੰਘ ਗਰੇਵਾਲ ਜੀ ਦੀ ਯਾਦ ਵਿੱਚ ਗੁਰਦੁਆਰਾ ਸਵਾਲਾ ਸਾਹਿਬ ਪਿੰਡ ਬਟਵਾਲ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ SPS ਹੋਸਪਿਟਲ ਦੇ ਕਾਬਲ ਡਾਕਟਰਾਂ ਨੇ ਲਗਾਇਆ ਵਾ, ਜਿਸ ਵਿੱਚ ਤਕਰੀਬਨ ਹੁਣ ਤੱਕ 155 ਦੇ ਕਰੀਬ ਪੇਸ਼ੈਂਟ ਚੈੱਕ ਕੀਤੇ ਜਾ ਚੁੱਕੇ ਨੇ। 11 ਵਜੇ ਤੋਂ ਆਰੰਭ ਹੈ, ਜਿਹਦੇ ਵਿੱਚ ਡਾਕਟਰ ਸਾਹਿਬਾਨ ਦੀ ਟੀਮ BP ਸ਼ੂਗਰ ਅਤੇ ਲੋੜ ਪੈਣ 'ਤੇ ECG ਵੀ ਸਾਰੇ ਟੈਸਟ ਇੱਥੇ ਉਪਲਬਧ ਨੇ, ਸਾਰੇ ਕਰ ਰਹੇ ਨੇ ਅਤੇ ਉਸ ਤੋਂ ਇਲਾਵਾ ਅਤੇ ਨਾਲ ਹੀ ਮੁਫਤ ਦਵਾਈਆਂ ਬਣੀਆਂ ਜਾ ਰਹੀਆਂ। ਇਹ ਸਭ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ SPS ਹੋਸਪਿਟਲ ਦੇ MD ਸਰਦਾਰ ਸ਼੍ਰੀ ਜੈ ਸਿੰਘ ਸੰਧੂ ਜੀ ਦਾ, ਅਤੇ ਨਾਲ ਹੀ ਅਸੀਂ ਆਪਣੇ ਕਾਕਾ ਆਸਟ੍ਰੇਲੀਆ ਸਾਡਾ ਭਰਾ ਛੋਟਾ ਉਹ ਵੀ ਸਾਡੇ ਨਾਲ ਹੁੰਦਾ। ਪਤਾ ਹੀ ਹੈ ਜਿਵੇਂ ਸਾਡੀ NGO ਵੱਲੋਂ ਅਸੀਂ ਹਰ ਮਹੀਨੇ ਇੱਕ ਰਾਸ਼ਟਰਮੰਡ ਸਮਾਗਮ ਕਰਦੇ ਹਾਂ, ਉਸ ਤਰ੍ਹਾਂ ਹੀ ਅਸੀਂ ਹਰ ਤੀਜੇ ਮਹੀਨੇ ਬਾਅਦ ਫ੍ਰੀ ਮੈਡੀਕਲ ਕੈਂਪ ਲੱਗ ਗਿਆ, ਉਸ ਲੜੀ ਤਹਿਤ ਹੀ ਇਹ ਕੈਂਪ ਲੱਗਿਆ ਵਾ ਅਤੇ ਤਕਰੀਬਨ ਸਾਨੂੰ ਕਾਫੀ ਆਸਾ ਕਾਫੀ ਪੇਸ਼ੈਂਟ ਆ ਰਹੇ ਨੇ ਅਤੇ ਉਹਨਾਂ ਨੂੰ ਅਸੀਂ ਜੋ ਵੀ ਕਈ ਟੈਸਟ ਜਿਹੜੇ ਉਹਨਾਂ ਦੇ ਲਿਖੇ ਗਏ ਜਿਹੜੇ ਇਹਨਾਂ ਕੋਲ ਨਹੀਂ ਹੋ ਰਹੇ ਉਹ ਵੀ ਸਾਡੀ NGO ਵੱਲੋਂ ਹੋਸਪਿਟਲ ਨੂੰ ਦੇ ਵਿੱਚ ਫ੍ਰੀ ਕਰਾਏ ਜਾਣਗੇ ਅਤੇ ਇਸ ਤਰ੍ਹਾਂ ਹੀ ਕਰਾਏ ਜਾਣਗੇ। ਮੈਂ ਡਾਕਟਰ ਇੰਦਰਜੀਤ ਥਾਪਰ, SPS ਹੋਸਪਿਟਲ ਵੱਲੋਂ ਫ੍ਰੀ ਚੈੱਕਅਪ ਕੈਂਪ ਬੰਦੋਵਾਲ ਪਿੰਡ ਵਿੱਚ ਲਗਾਇਆ ਗਿਆ, ਜਿੱਥੇ ਵਿੱਚ ਤਰ੍ਹਾਂ ਤਰ੍ਹਾਂ ਦੇ ਡਾਕਟਰ ਸਪੈਸ਼ਲਿਸਟ ਬੱਚਿਆਂ ਦੇ ਰੋਗਾਂ ਦੇ ਮਾਹਿਰ, ਛਾਤੀ ਦੇ ਰੋਗ, ਦਿਲ ਦੇ ਰੋਗਾਂ ਦੇ ਮਾਹਿਰ ਪਹੁੰਚੇ ਹੋਏ ਹਨ, ਜਿਸ ਵਿੱਚ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਾ ਸਹਿਯੋਗ ਦਿੱਤਾ ਅਤੇ ਇਹ ਕੈਂਪ ਹਰ ਹਫ਼ਤੇ ਸੰਡੇ ਦੀ ਸੰਡੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਲਗਾਇਆ ਜਾਂਦਾ, ਜਿਸ ਵਿੱਚ ਫ੍ਰੀ ਦਵਾਈਆਂ ਅਤੇ ਫ੍ਰੀ ਚੈੱਕਅਪ ਕੀਤੇ ਜਾਂਦੇ ਹਨ। ਹੋਰ ਕਈ ਤਰ੍ਹਾਂ ਦੇ ਟੈਸਟ ਜਿਵੇਂ ਕਿ ਸ਼ੂਗਰ, BP, ECG ਇਹ ਬਿਲਕੁਲ ਟੋਟਲੀ ਫ੍ਰੀ ਕੀਤੇ ਜਾਂਦੇ ਹਨ। ਸਾਨੂੰ ਪੂਰਾ ਸਹਿਯੋਗ ਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਸੀਂ ਚਾਹੁੰਦੇ ਹਾਂ ਹਰ ਸਾਲ ਇਸੇ ਤਰ੍ਹਾਂ ਸਾਡਾ ਸਾਥ ਦੇਣ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਵਾਈਆਂ ਬਿਲਕੁਲ ਟੋਟਲੀ ਫ੍ਰੀ ਦਿੱਤੀਆਂ ਗਈਆਂ ਨੇ। ਸਾਡੇ ਕੋਲ ਹਰੇ ਤੱਕ 100 ਤੋਂ ਵੱਧ ਪੇਸ਼ੈਂਟ ਪਹੁੰਚ ਚੁੱਕੇ ਨੇ, ਜਿਸ ਦੇ ਵਿੱਚ ਸ਼ੂਗਰ ਦੇ ਅਤੇ BP ਦੇ ਮਰੀਜ਼ ਸਭ ਤੋਂ ਵੱਧ ਸੀ ਅਤੇ ਸਾਨੂੰ ਅਸੀਂ ਕਹਿੰਦੇ ਵੱਧ ਤੋਂ ਵੱਧ ਪਿੰਡਾਂ ਨੇ ਇਸ ਦਾ ਫਾਇਦਾ ਲੈਣ ਅਤੇ ਬਾਕੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਆ ਸਾਡਾ SPS ਹੋਸਪਿਟਲ ਵੱਲੋਂ ਨੂੰ ਜੋ ਅਸੀਂ ਇੱਥੋਂ ਟਾਰਗੇਟ ਕੀਤਾ। ਅਸੀਂ ਕਹਿੰਦੇ ਹਾਂ ਕਿ ਇਸੇ ਤਰ੍ਹਾਂ ਦੇ ਕੈਂਪ ਅਸੀਂ ਹੋਰ ਵੀ ਇਲਾਕਿਆਂ 'ਚ ਆਲੇ ਦੁਆਲੇ ਪਿੰਡਾਂ 'ਚ ਲਗਾਵਾਂਗੇ ਅਤੇ ਸਾਨੂੰ ਉਮੀਦ ਹੈ ਸਾਨੂੰ ਹੋਰ ਵੱਧ ਤੋਂ ਵੱਧ ਪ੍ਰਬੰਧਕ ਕਮੇਟੀਆਂ ਸਹਿਯੋਗ ਦੇਣ ਕਿ ਹੋਸਪਿਟਲ ਸਾਡਾ ਇਸ ਕਮੇਟੀ ਲਈ ਬਿਲਕੁਲ
ਨਾਲ ਰਹੇਗਾ ਇਹਨਾਂ ਦੇ ਹਰ ਵਕਤ, ਅਤੇ ਇਸੇ ਤਰ੍ਹਾਂ ਦੇ ਅਸੀਂ ਕੈਂਪ ਲਗਾਉਂਦੇ ਰਹਾਂਗੇ। ਧੰਨਵਾਦ।